ਮੰਮੀ ਬਰਗਰ ਖਾਣਾ ਆਪਦਾ। ਤੇ ਹੁਣ ਅਸੀਂ ਆ ਗਏ ਹਾਂ ਧੂਰੀ ਕੌਸ਼ਲ ਹਸਪੀਟਲ। ਟ੍ਰੇਨ ਆ ਗਈ ਪਰ ਫਿਰ ਵੀ ਸਾਰੇ ਜਣੇ ਅੱਗੇ ਦੀ ਲੰਘੀ ਜਾਂਦੇ, ਰੁਕਦੇ ਹੀ ਨਹੀਂ ਪਏ। ਪਰਚੂਨ ਦੀ ਦੁਕਾਨ ਤੇ ਗਿਆ, ਕਰਿਆਨੇ ਦੀ ਦੁਕਾਨ ਤੇ ਸਮਾਨ ਲੈਣਾ ਹੀ ਲੰਘ ਗਿਆ, ਘੜੀ ਉਵੇਂ ਦੀ ਉਵੇਂ ਲੱਗੀ ਪਈ। 100 ਰੁਪਇਆ ਮੇਰੇ ਮੋਬਾਈਲ 'ਚ। 100 ਰੁਪਇਆ ਦਾ ਇੱਕ ਪੈਕਟ ਨਹੀਂ ਹੈਗਾ ਇਹ ਸਮਾਨ ਤਾਂ ਕਢਾਈ ਜਾਂਦੇ ਹੋਗੇ, ਪੈਸੇ ਤਾਂ ਦੇਵੋਗੇ। ਲਓ ਜੀ ਮੇਰੇ ਵਾਸਤੇ ਆ ਗਿਆ ਸਪੈਸ਼ਲ ਬਰਗਰ, ਪਤਾ ਨਹੀਂ ਰਸਤਾ ਲੈ ਜੂਗੀ। ਚਲੋ ਹੈਲੋ ਐਵਰੀਵਨ, ਵੈਲਕਮ ਬੈਕ ਟੂ ਆਪਣੇ ਸਾਰਿਆਂ ਦਾ ਯੂਟਿਊਬ ਚੈਨਲ ਗੁਰਜਸ ਬਲੌਗ। ਆਈ ਹੋਪ ਤੁਸੀਂ ਵਧੀਆ ਹੋਵੋਗੇ। ਅਤੇ ਤੁਹਾਨੂੰ ਵਧੀਆ, ਜਿੱਦਾਂ ਅਸੀਂ ਘਰ ਆ ਗਿਆ ਹੈ ਨਾ, ਅਤੇ ਡੈਡੀ ਦਾ ਮੋਢਾ ਦੁਖਦਾ ਹੈਗਾ, ਹਰਾ ਹੁਰਾ ਵੱਢ ਲਿਆ ਡੈਡੀ ਨੇ ਹਰਾ, ਚੱਲ ਇੱਕ ਵਾਰ ਸੱਜੀ ਖੱਬੀ ਬਾਹ 'ਚ ਹੀ ਪ੍ਰੋਬਲਮ ਆ ਡੈਡੀ ਦੇ, ਸੱਜੀ ਬਾਹ ਡੈਡੀ ਨੇ ਇਕੱਲਾ ਹਰਾ ਹਰਾ ਵੱਢਤਾ, ਮੈਂ ਹਰਾ ਚੱਕ ਲਿਆ ਸੀਗਾ, ਹੁਣ ਮੈਂ ਕਰਨਾ ਟੋਕਾ। ਹਾਂਜੀ ਮੋਹਨ ਸਾਹਿਬ, ਕਿੱਦਾਂ ਫਿਰ, ਕੁਛ ਕਹਿਣਾ ਚਾਹੋਗੇ ਤੁਹਾਡੇ ਯੂਟਿਊਬ ਫੈਮਿਲੀ ਲਈ? ਥੈਂਕ ਯੂ ਸੋ ਮਚ ਸਾਰਿਆਂ ਦਾ, ਸਾਨੂੰ ਇੰਨਾ ਸਪੋਰਟ ਕਰੋ, ਇੰਨਾ ਮਾਣ ਬਖਸ਼ਣ ਦੇ ਲਈ, ਇਹ ਤਾਂ ਸੁੱਕ ਗਿਆ ਵਿਚਾਰਾ। ਤੇ ਇੱਕ ਗੱਲ ਹੋਰ, ਸਾਰਿਆਂ ਨੇ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ, ਵਟਸਐਪ ਦੀ ਕਰਦਿਆ ਕਰੋ ਹਨਾ, ਦਾਦਾ ਜਾਣਾਂ ਨੂੰ ਸ਼ੇਅਰ ਕਰਦਿਆ ਕਰੋ। ਲੈ ਫੜੋ, ਮੈਂ ਟੋਕਾ ਤੁਸੀਂ ਕਰੋ, ਚਲ ਤੁਸੀਂ ਕਰੋ ਕਰੋ ਕਰੋ। ਇੱਕ ਤਾਂ ਸਾਡੇ ਮਧੂ ਮੱਖੀਆਂ ਜੀਆਂ ਬਹੁਤ ਆ। ਕਿਹੜੀ ਮੱਖੀ ਆ ਉਹ, ਖੁੱਲ ਜੂਗੀ ਗੰਢ, ਖੁੱਲ ਗਈ। ਚਲੋ ਇੱਧਰ ਉਹ ਨਹੀਂ ਲਾਉਣੀ ਪੱਲੀ, ਪੱਲੀ ਨਹੀਂ ਲਾਉਣੀ ਇੱਧਰ। ਚਲੋ ਕਰੋ ਫਟਾਫਟ, ਉਹ ਤਾਂ ਦੇਖੋ ਮੇਰੀ ਗੱਲ ਸੁਣੋ, ਉਹ ਤਾਂ ਦੇਖੋ ਕਿੱਦਾਂ ਬੈਠੀ ਹੋਈ। ਆ ਜਾ ਆ ਜਾ, ਇਹਨੂੰ ਕੈਮਰੇ ਦਾ ਜਲਦੀ ਪਤਾ ਲੱਗ ਜਾਂਦਾ। ਮੈਂ ਕਿਹਾ ਉਹਨੂੰ ਕੈਮਰੇ ਦਾ ਜਲਦੀ ਪਤਾ ਲੱਗ ਜਾਂਦਾ, ਦੌੜੀ ਹੁੰਦੀ ਸਿੰਗ ਚੱਕ ਕੇ ਆਪਣੇ। ਦੇਖ ਲਓ ਇਹਨਾਂ ਨੇ ਵੀ ਫਰੈਸ਼ ਫਰੈਸ਼ ਫੂਡ ਪਾਉਂਦੇ ਆਪਾਂ, ਹੈਨਾ ਫਰੈਸ਼ ਫਰੈਸ਼ ਫੂਡ, ਚੰਗੀ ਖੁਰਾਕ ਆਈ। ਉਹ ਤਾਂ ਦੇਖੋ ਛੋਟੀ ਕਿੱਥੋਂ ਦੀ ਨਿਕਲ ਲੱਗੀ ਪਈ। ਉਹ ਦੇਖੋ ਕਿੱਦਾਂ ਸਿੰਗ ਪਾਉਣ ਲਈ ਛੋਟੀ ਜੀ, ਮੇਰੀ ਗੱਲ ਸੁਣੋ ਛੋਟੀ ਜੀ, ਦੇਖੋ ਕਿੱਥੋਂ ਦੀ ਮੂੰਹ ਕੱਢਦੀ ਹੈ, ਕਦੀ ਵਿੱਚੋਂ ਦੀ ਕਦੀ ਉਹਦੀ ਲੱਤਾਂ ਵਿੱਚੋਂ ਸਿਰ ਕੱਢੀ ਮਾਰਦੀ ਆਪਣਾ। ਹਜੇ ਤਾਂ ਸ਼ੁਰੂ ਆ ਸ਼ੁਰੂ, ਚੱਕ ਦੋ ਫੱਟੇ ਰਹਿਣ ਦੋ, ਲਾਈ ਜਾਓ ਫੇਰ ਰੁਕ ਜਾਣਾ। ਇਹ ਕੀ ਹੋ ਗਿਆ, ਫਸ ਗਿਆ ਨਾ, ਕਰਤਾ ਹੋਈ ਕੰਮ, ਕਰਤਾ ਹੋਈ ਕੰਮ। ਚੱਲ ਬੇ ਚੱਲ ਫਿਰ। ਲਓ ਜੀ ਪੱਠੇ ਹੋ ਗਏ, ਕੁੱਤੇ ਥੋੜੇ ਜਿਹੇ ਰਹਿ ਗਏ ਆ। ਉੱਦਾਂ ਇਹਦਾ ਮਸ਼ੀਨ ਦਾ ਫਾਇਦਾ ਨਾ, ਆਪਣੇ ਆਪ ਘੁੰਮਦੀ ਰਹਿੰਦੀ ਕਿੱਥੇ। ਬਸ 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 ਹੋ ਗਏ ਹੋ ਗਏ ਹੋ ਗਏ। ਧੁੱਪ ਚ ਸੁੱਕ ਜਾਂਦਾ ਨਾ ਹੁਣ, ਕਿਹੜਾ ਨਾ ਕਰੋ। ਮੰਮੀ ਕਹਿੰਦੀ ਪਤਲਾ ਪਤਲਾ ਕਰ ਦੋ ਇਹਨੂੰ, ਪਰਸੀਨ ਪਤਲਾ ਪਤਲਾ। ਗਰਮੀ ਆ ਉਹਦੇ ਕਰਕੇ, ਉਹ ਦੇਖੋ ਸੁੱਕਿਆ ਪਿਆ, ਉਹ ਉਦਾਂ ਇੰਨਾ ਜਲਦੀ ਹੋ ਜਾਣਾ।
ਘਰ ਦੇ ਲੈ ਕੇ ਆਵਾਂਗੇ। ਕੰਘੀ ਵੀ ਲੈ ਕੇ ਆਉਣੀ, ਕੰਘੀ ਵੀ ਨਹੀਂ ਮਿਲ ਰਹੀ ਹੁਣ। ਇਕੱਠਾ ਨਾ ਕਰੋ ਮੰਮੀ ਕਹਿੰਦੀ, ਪਤਲਾ ਪਤਲਾ ਤੁਸੀਂ ਫਿਰ ਉੱਥੇ ਕਰਤਾ ਕੰਮ। ਉਹਨੂੰ ਵੀ ਘੁਮਾ ਦੇ ਹੁਣ ਤੇ, ਹੁਣ 5 ਮਿੰਟ ਬਹਿ ਕੇ ਫਿਰ ਨਹਾ ਲਿਓ। ਲਓ ਜੀ ਪੱਠੇ ਤਾਂ ਹੁਣ ਸਾਰੇ ਕੁਤਰਤੇ, ਸਾਫ਼ ਸਫਾਈ ਵੀ ਹੋ ਗਈ। ਕਿੱਦਾਂ ਫਿਰ? ਲਓ ਅੱਜ ਅਸੀਂ ਬਣਾਉਣੀ ਘੀਆ ਨਾ ਮੰਮੀ। ਸਰ ਜੀ ਦੱਸਿਓ ਤੁਹਾਡੇ ਵੀ ਇੱਦਾਂ ਦੀਆਂ ਮੱਖੀਆਂ ਹੈਗੀਆਂ? ਨਹੀਂ ਸਾਰਿਆਂ ਦੀ ਨਹੀਂ, ਪਹਿਲਾਂ ਨਹੀਂ ਸੀ ਮੰਮੀ, ਇਸ ਸਾਲ ਹੀ ਦੇਖੀਆਂ ਨੇ ਲਾ ਹੁੰਦੀਆਂ ਨੇ, ਇਸ ਆ ਸਰੋਂ ਜਾਂ ਕੱਤੇ ਵਾਲੀਆਂ ਤੇ ਇੱਧਰ ਤਿਆਰੀ ਚੱਲ ਰਹੀ ਹੈ ਸਬਜ਼ੀ ਦੀ, ਫਿਰ ਬਾਅਦ ਵਿੱਚ ਅਸੀਂ ਬਣਾਵਾਂਗੇ ਘੀਆ। ਛੋਲੇ ਦਾਲ ਪਿਓ, ਛੋਲੇ ਦਾਲ। ਸੱਗੂ ਮੈਡਮ ਕਿੱਦਾਂ? ਮੰਮੀ ਆ ਗਈ ਬੇ, ਰਵੀ ਨੇ ਫੜ ਕੇ ਤਾਂ ਤੇ ਇਥੇ ਨਾਲ ਚਪੇਤੀ ਗੋਮੀ ਦੁਕਾਨ ਤੇ ਪੱਗ ਗਏ। ਡੈਡੀ ਐਵੀ ਪਰਚੂਨ ਦੀ ਦੁਕਾਨ ਤੇ ਗਿਆ, ਕਰਿਆਨੇ ਦੀ ਦੁਕਾਨ ਤੇ ਸਮਾਨ ਲੈਣਾ ਹੀ ਲੰਘ ਗਿਆ, ਘੜੀ ਉਵੇਂ ਦੀ ਉਵੇਂ ਲੱਗੀ ਪਈ। ਫਿਰ ਵੀ ਪਕੜ ਵਧੀਆ ਹੈ ਨਾ, ਡਿੱਗੀ ਨਹੀਂ ਦੇਖ ਲਓ, ਪੂਰੀ ਦਾ ਬਚਤ ਰਹੇਗੀ। ਇਹ ਵੀ ਵਿਚਾਰੀ ਡਿੱਗ ਜਾਂਦੀ ਹੈ ਨਾ, ਬਗਿਆਨੀ ਆ, ਅਮਨ ਭਾਜੀ ਦੀ ਐਪਲ ਦੀ ਘੜੀ ਆ, ਖਾਸ ਹੀ ਚਿੰਬਦੀ ਆ ਇਹ। ਹੋਰ ਡਿੱਗ ਜਾਣੀ ਕਿੱਥੇ ਰੱਖ ਦੇ, ਫੜਾ ਦੇ। ਇਹ ਅਮਨ ਭਾਜੀ ਦੀ ਆ ਘੜੀ ਤੇ ਡੈਡੀ ਲੱਗ ਗਿਆ ਨਹਾਉਣ, ਹੁਣ ਡੈਡੀ ਨੂੰ ਜਾਣਾ ਦਿਖਾਉਣਾ ਸੀ ਹੋਸਪਿਟਲ 'ਚ, ਹਰਾ ਉਰਾ ਟੋਕਾ ਟੂਕਾ ਮੈਂ ਕਰਤਾ ਤੇ ਹੁਣ ਸਾਨੂੰ ਕੋਈ ਖਤਮ ਤੋਂ ਮਿਲਣਾ ਆ ਗਏ। ਹਾਂ ਵੀ ਸੱਗੂ ਤੰਦਰ ਜਾਣਾ, ਚੱਲ ਚੱਲ ਅੰਦਰ, ਚੱਲ ਚੱਲ ਅੰਦਰ, ਚੱਲ ਚੱਲ ਅੰਦਰ, ਚੱਲ ਅੰਦਰ, ਚੱਲ ਚੱਲ। ਅੱਜ ਦੀਦੀ ਸਾਨੂੰ ਮਿਲਣ ਆਏ ਸੀ ਹਥਨ ਤੋਂ, ਗੁੜੀਆ ਸਾਡੇ ਤੋਂ ਪਹਿਲਾਂ ਵੀ ਆਈ ਸੀ ਨਾ, ਕਹਿੰਦੀ ਸੀ ਮੈਂ ਮੰਮੀ ਨੂੰ ਲੈ ਕੇ ਆਊਂਗੀ, ਕਹਿੰਦੇ ਆਪਾਂ ਕੱਲ ਵੀ ਆਉਣਾ ਸੀ ਨਾ, ਕੱਲ ਹੀ ਉਹਨੇ ਸਾਨੂੰ ਦੇਖਿਆ ਸੀ ਜਦੋਂ ਆਏ ਸੀ, ਵੀ ਕਹਿੰਦੇ ਤੁਸੀਂ ਥੱਕੇ ਬਹੁਤ ਹੋਣੇ, ਆਪਾਂ ਫਿਰ ਇਸ ਕਰਕੇ ਆਏ। ਹੋਰ ਦੱਸੋ ਵਧੀਆ? ਸਗੂਨ ਤਾਂ ਦੇਖੋ ਕਿੰਨੀ ਕਾਲੀ ਪਈ, ਇਹਨੂੰ ਭੁੱਖ ਲੱਗੀ। ਮੈਂ ਕਿਹਾ ਮੰਮੀ ਘਰੇ ਸੱਗੂ ਨੂੰ ਬੋਲਣ ਲੱਗੀ, ਮੰਮੀ ਹੋਸਪਿਟਲ ਦਿਖਾਉਣ, ਪਰ 7 ਵਜੇ ਹੁਣ ਕਿਹੜਾ ਉੱਥੇ ਮਿਲਣਾ, ਹੁਣ ਡੈਡੀ ਨੂੰ ਕੱਲ ਨੂੰ ਸਵੇਰੇ ਲੈ ਕੇ ਜਾਵਾਂਗੇ। ਕਿੱਥੋਂ? ਹੁਣ? ਅੱਛਾ ਫਿਰ ਤਾਂ ਠੀਕ ਆ, ਮੈਂ ਹੁਣ ਕਿੱਥੋਂ ਲਿਆਵਾਂਗਾ, ਚੱਲੀਏ। ਹਾਂ ਹੁਣ ਮੈਂ ਪੈਕ ਹੋ ਜਾਵਾਂ। ਹੋਜੋ ਜੇ ਮੱਛਰੀ ਮੁਛਰੀ ਪਈ ਫੇਰ ਕਿਉਂ, ਮਸਰੀ ਤਾਂ ਤੁਸੀਂ ਫਿਰਦੇ ਹੋ ਅੱਜ, ਮੈਂ ਤਾਂ ਕੋਈ ਕੁੜੀ ਮੈਟਰੋ ਦੀ ਜੁੱਤੀ ਪਾ ਕੇ ਮਸਰੀ ਫਿਰਦੀ ਹੈ। ਮੈਂ ਕਿਹੜਾ ਪਹਿਲੀ, ਪਹਿਲਾਂ ਵੀ ਪਾਈਆਂ ਸੀ ਮੈਂ ਤਾਂ। ਸਮਾਨ ਤਾਂ ਕਢਾਈ ਜਾਂਦੇ ਹੋਗੇ, ਪੈਸੇ ਤਾਂ ਦਵੋਗੇ? ਸੌਂਦਾ ਜੀ ਨਹੀਂ ਹੈ, ਸੌਂਦਾ ਨਹੀਂ ਮੈਨੂੰ, ਛੱਡੋ ਪਹਿਲਾਂ ਇਹਨੂੰ ਸਮਾਨ ਨੂੰ, ਪਹਿਲਾਂ ਕੰਨਾਂ ਡਾਕਟਰ ਕੋਲ ਲੈ ਕੇ ਚੱਲਣਾ, ਪਹਿਲਾਂ ਸਮਾਨ ਲਓ ਫੇਰ ਜਾਊਂਗੀ ਤੁਹਾਡੇ ਨਾਲ। ਲੈ ਕੇ ਤੇ ਸੁਣਦਾ ਨਹੀਂ ਹੈਗਾ, ਪੈਸੇ ਤਾਂ ਦੇ ਦੂਗਾ ਸਮਾਨ ਤੇ ਜਿਹੜਾ ਕਢਾ ਰਿਹਾ। 100 ਰੁਪਇਆ ਮੇਰੇ ਮੋਬਾਈਲ 'ਚ, 100 ਰੁਪਇਆ ਦਾ ਇੱਕ ਪੈਕਟ ਨਹੀਂ ਹੈਗਾ ਇਹ।
ਦੇਖੋ ਕਿਹੜੀ ਕਹਿਣੀ ਆ ਵਾਲੀ ਨਮਕੀਨ ਆ ਨਾ ਵਿੱਚੋਂ ਤਿੱਖਾ ਜਿਹਾ ਮਿਰਚ ਵਾਲਾ ਨਾ ਹਾਂ ਬਸ ਇਹ ਦੇ ਦੋ ਲਓ ਜੀ ਸਮਾਨ ਖਰੀਦ ਲਿਆ ਕਿਉਂਕਿ ਹੁਣ ਮੁੱਕ ਗਿਆ ਸੀ ਨਾ ਸਮਾਨ ਅਸੀਂ ਗਏ ਸੀ ਹੁਣ ਅਸੀਂ ਚੱਲੇ ਆ ਮੈਡੀਸਿਨ ਲੈਣ ਕਿਉਂਕਿ ਡੈਡੀ ਨੇ ਵੀ ਨਾਲ ਲਾਉਣਾ ਸੀ ਹਨੇਰਾ ਬਹੁਤ ਹੋ ਗਿਆ ਸੀ ਹੁਣ ਅਸੀਂ ਆਪ ਹੀ ਲੈ ਜਾਣੀ ਦਵਾਈ ਲਓ ਜੀ ਹੁਣ ਅਸੀਂ ਆ ਗਏ ਹਾਂ ਮੈਡੀਸਿਨ ਲੈਣ ਦੇਖੋ ਸਾਡੀ ਵਾਰੀ ਜੀ ਹੁਣ ਆਪਾਂ ਮੈਡੀਸਿਨ ਲੈ ਲਓ ਮੈਡੀਸਿਨ ਤਾਂ ਲੈ ਲਈ ਸੀ ਤੁਸੀਂ ਤਾਂ ਸਵੇਰ ਦੀ ਇੱਕ ਵਾਰ ਰੋਟੀ ਖਾ ਲਈ ਮੈਂ ਤਾਂ ਇੱਕ ਵਾਰ ਵੀ ਰੋਟੀ ਖਾਧੀ ਮੈਨੂੰ ਭੁੱਖ ਬਹੁਤ ਲੱਗੀ ਆ ਅਤੇ ਹੁਣ ਮੈਂ ਜਾ ਕੇ ਖਾਣਾ ਬਰਗਰ ਬਰਗਰ ਖਾਏ ਹੈ ਤੁਸੀਂ ਕੀ ਖਾਣਾ ਗੋਲ ਗੱਪੇ ਹਾਂ ਕੁਛ ਵੀ ਨਹੀਂ ਜੂਸ ਪੀ ਲਿਓ ਬਨਾਨਾ ਸ਼ੇਕ ਹਾਂ ਲਓ ਜੀ ਇਹਨਾਂ ਨੇ ਆਉਂਦੇ ਹੀ ਔਡਰ ਕਰਤਾ ਬਨਾਨਾ ਸ਼ੇਕ ਕਿੱਦਾਂ ਉਹਦੇ ਨੂੰ ਤਾਂ ਬੈਟਰ ਟੇਸਟੀ ਆ ਅਮੂਲ ਦਾ ਦੁੱਧ ਪਾਉਣ ਲੱਗੇ ਅੱਛਾ ਬਹੁਤ ਜ਼ਿਆਦਾ ਟੇਸਟੀ ਆ ਲਓ ਜੀ ਮੇਰੇ ਵਾਸਤੇ ਆ ਗਿਆ ਸਪੈਸ਼ਲ ਬਰਗਰ ਹਾਫ ਤੁਹਾਡਾ ਜਿਹੜੇ ਮੇਰੇ ਪਾਣੀ ਦਾ ਫੋਨ ਆ ਕਿਤੇ ਨਹੀਂ ਜਾਂਦੇ ਮੈਨੂੰ ਨਾ ਹਾਂ ਖਾ ਲਿਓ ਲੈ ਹੁਣ ਅਸੀਂ ਆਏ ਸੀ ਘਰ ਮੰਨਤ ਨੇ ਲੈਣੀ ਹੈ ਨਿਊ ਕੀ ਲੈਣੀ ਮੰਨਤ ਡਰੈਸ ਲੈਣੀ ਹੈ ਯੂਨੀਫਾਰਮ ਤੇ ਹੁਣ ਅਸੀਂ ਚੱਲੇ ਆ ਸ਼ੋਪ ਤੇ ਸਾਨੂੰ ਤਾਂ ਪਤਾ ਨਹੀਂ ਰਸਤਾ ਲੈ ਜੂਗੀ ਚਲੋ ਮੈਨੂੰ ਵੀ ਨਹੀਂ ਪਤਾ ਕਹਿੰਦੀ ਹਾਂ ਅੱਜ ਆਪਾਂ ਗਵਾਚ ਗਏ ਫਿਰ ਚਲੋ ਚਲੀਏ ਲਓ ਜੀ ਮੰਨਤ ਦੀ ਪੈਂਟ ਲੈਣ ਆ ਗਿਆ ਹੁਣ ਆਪਾਂ ਕਿਉਂਕਿ ਮੰਨਤ ਦਾ ਕੱਲ ਨੂੰ ਫਰਾਈਡੇ ਸਕੂਲ ਕੱਲ ਨੂੰ ਪਹਿਲਾ ਦਿਨ ਮੰਨਤ ਹੈ ਮੰਨਤ ਨਹੀਂ ਹਾਂ ਕਿੰਨੇ ਦਿਨ ਹੋ ਗਏ ਅੱਛਾ ਫਿਟਿੰਗ ਕਰਾਣੀ ਪੈਣੀ ਹੈ ਦੇਖ ਲਓ ਛੋਟਾ ਸਾਈਜ਼ ਅੱਛਾ ਲਓ ਜੀ ਮੰਨਤ ਦੀ ਲੈ ਲਈ ਡਰੈਸ ਘਰ ਜਾ ਕੇ ਦੇਖਾਂਗੇ ਹੈ ਨਾ ਮੰਨਤ ਦੋ ਪੈਂਟਾਂ ਲੈ ਲਈਆਂ ਮੰਨਤ ਨੇ ਮੰਨਤ ਨੇ ਤਾਂ ਸਾਨੂੰ ਡਰਾ ਦਿੱਤਾ ਸੀ ਲੁੱਕ ਵੀ ਜਾ ਕੇ ਦੁਕਾਨ ਚ ਆਪਾਂ ਇਹਨੂੰ ਲੱਭੀ ਜਾਈਏ ਫੇਰ ਮੰਨਤ ਕੀ ਕੀਤਾ ਸੀ ਤੂੰ ਬਾਅਦ ਚ ਕੀਤਾ ਸੀ ਚਲੋ ਚਲੀਏ ਹੁਣ ਅਸੀਂ ਤੁਹਾਨੂੰ ਘਰ ਜਾ ਕੇ ਮਿਲਦੇ ਟ੍ਰੇਨ ਆ ਗਈ ਪਰ ਫਿਰ ਵੀ ਸਾਰੇ ਜਣੇ ਅੱਗੇ ਦੀ ਲੰਘੀ ਇਹਦੇ ਰੁਕਦੇ ਹੀ ਨਹੀਂ ਪਏ ਹਾਂ ਕੁੱਤੇ ਨੇ ਆਉਣਾ ਹੀ ਥੱਲੇ ਇੱਥੇ ਤਾਂ ਫਾਟਕ ਲੱਗੇ ਰਹਿੰਦੇ ਜਦੋਂ ਮਰਜ਼ੀ ਆ ਜਾ ਧੂਰੀ ਲਓ ਜੀ ਹੁਣ ਅਸੀਂ ਆ ਗਏ ਹਾਂ ਘਰ ਮੰਨਤ ਦੀ ਡਰੈਸ ਲੈ ਇਹਨੂੰ ਕਾਹਦੀ ਕਾਲੀ ਪਈ ਆ ਹੁਣ ਅਸੀਂ ਆ ਗਏ ਘਰ ਕੀ ਆ ਸਗੂ ਅੰਦਰ ਕੁਛ ਪਿਆ ਡੈਡੀ ਅੱਛਾ ਤਾਂ ਹੀ ਠੰਡੀ ਹੋ ਲਾਂ ਦੇ ਦੇਖੋ ਤੁਸੀਂ ਕੀ ਕਰ ਰਹੀ ਹੈ ਸਵਰ ਹਿਲਿਆ ਪਿਆ ਤੇ ਮੰਮੀ ਬਣਾ ਰਹੀ ਹੈ ਰੋਟੀ ਤੇ ਅਸੀਂ ਹੁਣੇ ਆਏ ਸੀ ਧੂਰੀ ਤੋਂ ਡੈਡੀ ਹੁਣਾਂ ਨੇ ਖਾ ਲਈ ਮੈਂ ਤਾਂ ਇੱਕ ਅੱਧੀ ਖਾਣੀ ਮੰਮੀ ਮੈਂ ਬਰਗਰ ਖਾ ਕੇ ਆਈ ਇੱਥੋਂ ਭਾਜੀ ਦੀ ਦੁਕਾਨ ਤੋਂ ਤੇ ਹੁਣ ਹੋ ਗਈ ਆ ਨੈਕਸਟ ਮੋਰਨਿੰਗ ਸਾਰਿਆਂ ਨੂੰ
ਪਰ ਹੋ ਗਈ ਤਾਂ ਦੁਪਹਿਰ ਕੋ ਡਾਕਟਰ ਨੂੰ ਤੇ ਹੁਣ ਅਸੀਂ ਚੱਲੇ ਆ ਦਵਾਈ ਲੈਣ ਕਿਉਂਕਿ ਰਾਤੀ ਬਹੁਤ ਜ਼ਿਆਦਾ ਹਨੇਰਾ ਹੋ ਗਿਆ ਸੀ ਤੇ ਹੁਣ ਚੱਲੀਏ ਫਿਰ ਚਲੋ ਫਿਰ ਆ ਜਾ ਤੁਸੀਂ ਕਿੱਦਾਂ ਮੂੰਹ ਬੰਨ ਲਿਆ ਹੈ ਕਾਲੇ ਹੋ ਜਾਗੇ ਤਾਂ ਬਹੁਤ ਪੈ ਰਹੀ ਹੈ ਚਲੋ ਤੇ ਹੁਣ ਅਸੀਂ ਆ ਗਏ ਹਾਂ ਧੂਰੀ ਕੌਸ਼ਲ ਹੋਸਪਿਟਲ ਇਹ ਘਰ ਦੂਰ ਰੈਨੋਵੇਟ ਕੀਤਾ ਪਿਆ ਹੈ ਤੇ ਹੋਸਪਿਟਲ ਕਿੱਥੇ ਫਿਰ ਕਿਰਪਾ ਕਰਕੇ ਫੋਨ ਬੰਦ ਰੱਖੋ ਜੀ ਕਹਿੰਦੇ 10-15 ਮਿੰਟ ਵੇਟ ਕਰਨੀ ਪੈਣੀ ਹੈ ਉਹ ਦੇਖੋ ਪਿੱਛੇ ਕਿੰਨਾ ਘੰਟਾ ਲੱਗ ਗਿਆ ਅਸਲੀ ਨੇ ਹੋਰ ਕੱਢ ਕੇ ਦੇਖ ਲਓ ਜਾਓ ਕੱਢ ਕੇ ਹੈ ਡੈਡੀ ਨੂੰ ਆਇਆ ਡੈਡੀ ਕੱਢ ਲਈ ਅਸਲੀ ਆ ਮੈਡੀਸਿਨ ਹੁਣ ਅਸੀਂ ਲੈ ਲਈ ਆ ਮੰਮੀ ਦਾ ਬਰਗਰ ਦੇ ਦਿਓ ਮੰਮੀ ਨੇ ਖਾਣਾ ਮੰਮੀ ਬਰਗਰ ਖਾਣਾ ਆਪਦਾ ਇਹਦਾ ਕੁਝ ਖਾ ਕੇ ਨਹੀਂ ਆਏ